एड्डी बिजली कड़के साडे मन हिलगे, देख नहीं सके हैं इन्नी उत्थे बुरा हाल होया। चार पिंड इकट्ठे हो गए, बहुत माड़ा कम होया जी, बहुत बहुत कहा नहीं जा सकता भाई। मैं तो मेरा तो मन बहुत खराब हो गया। सरकार नूं किस तरह देख दो जी, ट्राली च पा के लैके आए हैं, एंबूलेंस तक का प्रबंध नहीं किया गया, एक एंबूलेंस आई है वो जो सीवियस सीगा उन्होंने लैके चली गई है, दोबारे कॉल करी गए हैं, सारे पिंड वासी कह रहे हैं कॉल कर रहे हैं, कोई एंबूलेंस नहीं आई। ਬਿਲਕੁਲ ਨਾਕਾਮ ਸਰਕਾਰਾਂ ਨੇ ਜੀ, ਟਰਾਲੀ ਦੇ ਵਿੱਚ ਪਾ ਕੇ ਲੈ ਕੇ ਆਏ ਨੇ ਮਜ਼ਦੂਰਾਂ ਦੀਆਂ ਜਿਹੜੀਆਂ ਡੈੱਡ, ਦੁਬਾਰਾ ਇੱਕ ਐਂਬੂਲੈਂਸ ਭੇਜ ਕੇ ਦੁਬਾਰਾ ਭੇਜਣੀ ਜੀ, ਕਦੇ ਫੋਨ ਕਰ ਰਹੇ ਹਾਂ ਅਸੀਂ। ਕੁਦਰਤੀ ਆਫਤ ਜਿਹਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਆ ਜਾਵੇ, ਅੱਜ ਅਸੀਂ ਖੜੇ ਹਾਂ ਪਿੰਡ ਰਾਇਮਰ ਮਾਜਰੀ ਵਿੱਚ ਜਿੱਥੇ ਕੁਦਰਤੀ ਆਫਤ ਅਸਮਾਨੀ ਬਿਜਲੀ ਦੇ ਕਾਰਨ तीन मौतां हो गईयां ने, भट्ठा मजदूरां दियां तुहानूं दिखा रहे हैं तस्वीरां। तकरीबन 10 बजे तो यह वाकया जिहड़ा होया, सरकार दियां नाकामियां सरकार दियां घाटां इत्थों पता लगदियां ने, कोई एंबूलेंस नहीं पहुंची, एक एंबूलेंस पहुंची, एक बंदा जिहड़ा ज़्यादा सीरीयस सीगा उसनूं लैके चली गई, तो हुण भट्ठे तो ट्राली दे विच मजदूरां नूं लैके आए ने, अपनी जिहड़ी गड्डी आ परसनल गड्डी दे विच लैके जा रहे ने। सरकार दियां इह कमियां सरकार वादे करदी आ डिजिटल इंडिया दे, तो ये थोनों दिखा रहे हैं तस्वीर, जेडे भट्ठा मजदूर ने, इंसान की कोई कदर नहीं की जाती सरकार वालों, क्योंकि कोई प्रबंध नहीं किए जाते। थोनों दिखा रहे हैं पर ट्राली के लैके आए ने पिंड के लोग ने जोड़े, ये तस्वीर थोनों दिखा रहे हैं पिंड रायमन माजरी तो। असमानी बिजली के कारण तीन भट्ठे मजदूर की मौत हो जाती है, तो एक ज़्यादा सीरीयस आ जिहड़ा उसनू एंबूलेंस लैके चली जाती है, पर होर कोई प्रबंध आ जिहड़ा पुख्ता प्रबंध इत्थे नहीं किया जाता। तुसीं देख रहे हो तस्वीर, कित्थों कित्थों दे बंदे सीगे जी? दुआ खुरदा सीरीयस है। की नाम है जी अपना? अपना गुरप्रीत सिंह नाम जी। ये कित्थों दे बंदे सीगे जी? एक ते मेरे पिंड दा सी, गुरलाल सिंह जी, धनौरी दा जी। धनौरी दा? हां जी, डैथ हो गई जी। जी दो माजरी दा सीगे जी, उन्हें डैथ हो गई जी। ते के सोड़े कणसूए दा जी, मुंडा लाडी नाम जी, मजदूर ओ भी ओ भी ओ सीरीयस है जी। ओनू एंबूलेंस आई ते ਜਿਹੜਾ ਤੁਹਾਡੇ ਪਿੰਡ ਤੋਂ ਆ ਉਹਨਾਂ ਦਾ ਕਿੱਦਾਂ ਪਰਿਵਾਰ ਕਿੱਦਾਂ ਦੇ ਹਾਲਾਤ ਨੇ? ਉਹ ਹਾਲਾਤ ਬਿਲਕੁਲ ਨਾਜ਼ੁਕ ਨੇ ਜੀ, ਕੋਈ ਮਤਲਬ ਕਮਾਉਣ ਵਾਲਾ ਹੈ ਨਹੀਂ, ਇਕੱਲਾ ਸੀਗਾ ਜੀ, ਫਾਦਰ ਵੀ ਡੈਥ ਹੋਈ ਹੋਈ ਅਤੇ ਇਕੱਲਾ ਸੀ, ਕਮਾਊ ਜੀ, ਦੋ ਬੱਚੇ ਨੇ ਜੀ, ਅਤੇ ਇੱਕ ਛੋਟੇ ਛੋਟੇ ਨਿੱਕੇ ਨਿੱਕੇ ਬੱਚੇ ਨੇ ਜੀ, ਔਰ ਉਹਦੇ ਕਮਾਈ ਦਾ ਕੋਈ ਸਾਧਨ ਨਹੀਂ ਵੀਰ ਜੀ ਉਹਦਾ। ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਹਾ ਜਾ ਰਿਹਾ ਕਿ ਹਰ ਇੱਕ ਪ੍ਰਬੰਧ ਕੀਤੇ ਜਾਂਦੇ ਨੇ, ਹਰ ਇੱਕ ਜਿਹੜੀ ਸਰਕਾਰਾਂ ਨੇ ਕੀ ਕਹਿੰਗੇ ਉਹ, ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਨਾਕਾਮ ਨੇ, ਬਿਲਕੁਲ ਨਾਕਾਮ ਸਰਕਾਰਾਂ ਨੇ ਜੀ। ਟਰਾਲੀ ਦੇ ਵਿੱਚ ਪਾ ਕੇ ਲੈ ਕੇ ਆਏ ਨੇ ਮਜ਼ਦੂਰਾਂ ਦੀਆਂ ਜਿਹੜੀਆਂ ਡੈੱਡ, ਦੁਬਾਰਾ ਇੱਕ ਐਂਬੂਲੈਂਸ ਭੇਜ ਕੇ ਦੁਬਾਰਾ ਭੇਜਣੀ ਜੀ, ਕਦੇ ਫੋਨ ਕਰ ਰਹੇ ਹਾਂ ਅਸੀਂ ਹੁਣ, ਜਿਹਦੇ ਕਾ ਜਵਾਨ ਪੁੱਤ ਚਲੇ ਗਿਆ ਘਰ 'ਚ ਜੀ, ਉਹਨਾਂ ਤੋਂ ਪੁੱਛੋ ਵੀ ਕੀ ਹੋ ਰਿਹਾ, ਉਹ ਰੋ ਰਹੇ ਨੇ ਸਾਰੇ ਖੜੇ, ਬਹੁਤ ਬੁਰਾ ਹਾਲ ਹੈ ਜੀ। ਇਹ ਸਰਕਾਰਾਂ ਦਾ ਬਸ ਇਕੱਲਾ ਪੈਸੇ ਖਾਣ ਤੱਕ ਧਿਆਨ ਹੈ, ਹੋਰ ਕੋਈ ਧਿਆਨ ਨਹੀਂ ਹੈਗਾ ਜੀ। ਸੋ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ, ਇਸ ਸਾਈਡ ਤਸਵੀਰਾਂ ਦਿਖਾ ਰਹੇ ਹਾਂ, ਜਿਹੜੇ ਸਰਕਾਰੀ ਤੰਤਰ ਆ ਸਰਕਾਰੀ ਨੁਮਾਇੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਹਰ ਇੱਕ ਪੁਖਤਾ ਪ੍ਰਬੰਧ ਕੀਤਾ ਗਿਆ ਹੈ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ, ਪਰ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਹਾਂ, ਭੱਠਾ ਮਜ਼ਦੂਰ ਸੀਗੇ ਅਸਮਾਨੀ ਬਿਜਲੀ ਦੇ ਕਾਰਨ ਜਿਨ੍ਹਾਂ ਦੀ ਡੈਥ ਹੋਈ ਆ, ਅਤੇ ਕੋਈ ਐਂਬੂਲੈਂਸ ਨਹੀਂ ਪਹੁੰਚਦੀ, ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ, ਟਰਾਲੀ ਦੇ ਵਿੱਚ ਪਾ ਕੇ ਲਿਆਂਦੇ ਜਾਂਦੇ ਨੇ, ਪਿੰਡ ਦੇ ਲੋਕ ਨੇ ਜਿਹੜੇ ਪਰਿਵਾਰਕ ਲੋਕ ਨੇ ਉਹ ਇੱਥੇ ਖੜ੍ਹੇ ਨੇ, ਪਰਸਨਲ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਨੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ 'ਤੇ, ਰਾਇਮਲ ਮਾਜਰੀ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤਿੰਨ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਆ, ਇੱਕ ਮਜ਼ਦੂਰ ਬਾਹਰਲਾ ਦੱਸਿਆ ਜਾ ਰਿਹਾ, ਇਹ ਦੋ ਮਜ਼ਦੂਰ ਨੇ ਜਿਹੜੇ ਰਾਇਮਲ ਮਾਜਰੀ ਦੇ ਦੱਸੇ ਜਾ ਰਹੇ ਨੇ, ਭੱਠਾ ਮਜ਼ਦੂਰ ਸੀਗੇ, ਗਰੀਬ ਪਰਿਵਾਰ ਨਾਲ ਸੰਬੰਧਿਤ ਨੇ, ਪਰਿਵਾਰ ਆ ਜਿਹੜਾ ਬਹੁਤ ਗਰੀਬ ਆ, ਇੱਕ ਧਨੌਰੀ ਤੋਂ ਮਜ਼ਦੂਰ ਸੀਗਾ। ਤੁਹਾਨੂੰ ਦਿਖਾ ਰਿਹਾ ਤਸਵੀਰਾਂ, ਪਰਿਵਾਰ 'ਚ ਕੋਈ ਕਮਾਊ ਨਹੀਂ, ਸਰਕਾਰ ਡਿਜੀਟਲ ਇੰਡੀਆ ਦੇ ਦਾਅਵੇ ਤਾਂ ਕਰਦੀ ਆ, ਪਰ ਡਿਜੀਟਲ ਇੰਡੀਆ ਦੇ ਦਾਅਵੇ ਨੇ ਜਿਹੜੇ ਇੱਥੇ ਖੋਖਲੇ ਹੁੰਦੇ ਨਜ਼ਰ ਆਉਂਦੇ ਨੇ, ਜਦੋਂ ਟਰਾਲੀ ਦੇ ਵਿੱਚ ਉਹਨਾਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਲੈ ਕੇ ਆਈਆਂ ਜਾਂਦੀਆਂ ਨੇ, ਪਰਸਨਲ ਕਿਸੇ ਦੀ ਗੱਡੀ ਮੰਗਾ ਕੇ ਉਸ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਭੇਜਿਆ ਜਾਂਦਾ ਹੈ, ਭੱਠਾ ਮਾਲਕ ਗੱਡੀ ਲੈ ਕੇ ਆਉਂਦੇ ਨੇ ਉਹ ਲੈ ਕੇ ਜਾਂਦੇ ਨੇ, ਪਰ ਸਰਕਾਰ ਆ ਜਿਹੜੀ ਸਰਕਾਰ ਦੇ ਦਾਅਵੇ ਨੇ ਜਿਹੜੇ ਉਹ ਬਿਲਕੁਲ ਨਾਕਾਮ ਨਜ਼ਰ ਆ ਰਹੇ ਨੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਇਮਨ ਮਾਜਰੀ ਤੋਂ, ਅਤੇ ਬਿਲਕੁਲ ਗਰੀਬ ਪਰਿਵਾਰ ਹੈ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ, ਤਿੰਨ ਭੱਠਾ ਮਜ਼ਦੂਰ ਨੇ ਜਿਹੜੇ ਉਹਨਾਂ ਦੀ ਡੈੱਥ ਹੋ ਚੁੱਕੀ ਹੈ, ਇੱਕ ਸੀਰੀਅਸ ਹੈ। ਇਹ ਤਸਵੀਰਾਂ ਨੇ ਪਿੰਡ ਰਾਇਮਨ ਮਾਜਰੀ ਤੋਂ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮਹਿੰਦਰ ਸਿੰਘ ਆ ਜੀ। ਮਹਿੰਦਰ ਸਿੰਘ ਜੀ, ਕੀ ਕਹਿੰਗੇ ਹੋ ਤੁਸੀਂ, ਤਿੰਨ ਮਜ਼ਦੂਰ ਸੀਗੇ, ਕਿੱਦਾਂ ਦੇ ਘਰ ਦੇ ਹਾਲਾਤ ਨੇ ਇਹਨਾਂ ਦੇ, ਕਿੱਦਾਂ ਦੇ ਜਿਹੜੇ? ਬਹੁਤ ਜ਼ਿਆਦਾ ਗਰੀਬ ਆਦਮੀ ਨੇ,
रोटी कमा के खाते ने, रोटी दे मारे गए थे। की कहेंगे जी सरकार जो भी जे कुछ देता दे तो जो मुंडा घोला है उसका घरवाली भी पागल है, बच्ची है छोटी जी वह भी बेपागल वर्गी है। जे गवर्नमेंट कुछ इन्हों का कर दे मैं तो कहना चंगी गल है। बहुत ज्यादा गरीब है जी, घर देखो जाके इना कच्चा घर है ना जी, बुरा हाल है बेचारे, बच्चे छोटे छोटे बच्चे ने जी, गरीब ही काम करते ने। ਜਿਹੜਾ ਪੱਠੇ ਤੇ ਮਜ਼ਦੂਰੀ ਕਰਦਾ ਗਰੀਬ ਹੀ ਆ, ਉਹ ਸਾਰਾ ਦਿਨ ਗਾਰੇ ਨਾਲ ਘੁਲਣਾ ਕਿਤੇ ਸਿਖਾਲਾ, ਬੱਚਿਆਂ ਵਾਸਤੇ ਕਰਦੇ ਨੇ ਉਹ, ਆਏ ਹੀ ਨੇ ਵਿਚਾਰੇ, ਹੁਣ ਕੀ ਪਤਾ ਪਰਮਾਤਮਾ ਨੇ ਕੀ ਕਰਤਾ। ਪਹਿਲਾਂ ਇਹਦਾ ਡੈਡੀ ਕੰਮ ਕਰਦਾ, ਐਡੀ ਬਿਜਲੀ ਕੱਟ ਕੇ ਸਾਡੇ ਮਨ ਹਿੱਲ ਗਏ ਜੀ, ਦੇਖ ਨਹੀਂ ਸਕੇ ਹੈਗੇ, ਇੰਨੀ ਉੱਥੇ ਬੁਰਾ ਹਾਲ ਹੋਇਆ, ਚਾਰ ਪਿੰਡ ਇਕੱਠੇ ਹੋ ਗਏ, ਬਹੁਤ ਮਾੜਾ ਕੰਮ ਹੋਇਆ ਜੀ, ਬਹੁਤ ਬਹੁਤ ਕਿਹਾ ਨਹੀਂ ਜਾ ਸਕਦਾ ਬਈ, ਮੈਂ ਤਾਂ ਮੇਰਾ ਤਾਂ ਮਨ ਬਹੁਤ ਖਰਾਬ ਹੋ ਗਿਆ, ਬਹੁਤ ਜ਼ਿਆਦਾ ਕੱਚਾ ਜੀ। ਗਰੀਬ ਪਰਿਵਾਰ ਆ ਜਿਹੜਾ ਤੁਸੀਂ देख रहे हो तस्वीर, यह गरीब परिवार सीगा, मजदूरी करते सीगे, अपने बच्चों पालते सीगे, पर कुदरत दा कहर वापर है, जिहड़ा आसमानी बिजली आ उसने तीन मजदूरों की जान ले ली है, एक सीरीयस आ, वह भी दस्या जा रहा है कि काफ़ी सीरीयस आ। असीं तुहानूं दिखा रहे हां तस्वीरां रायमन माजरी तों, सो पिंड दे लंबरदार ने उहनां नाल भी गल करांगे, लंबरदार नाल गल करांगे। हाँ जी, सत श्री अकाल लंबरदार साहब, की कारण होया जी ये? लाइट गिरी असी इत्थे बैठे थी जी, सानू भी धमका पिया लाइट का, असी उठ के मैं भी अंदर बढ़ गया, हाकम वग गया इतों, जग्गी घरे वग गया, इन्ने कणियां आ गई, असी अंदर जा बड़े बाद मीह हटे तो पता लग्या भी तीन चार मुंडे तो बिजली डिग गई, बहुत गरीब ने बेचारे अंत दे, इन्हों का सरकार वालों कोई ना कोई सहायता होनी चाहिए है। सरकार नूं किस तरह देखते हो जी, ट्राली च पा के लैके आए हैं, एंबूलेंस तक का प्रबंध नहीं किया गया, एक एंबूलेंस आई है वो जो सीरीयस सीगा उन्होंने लैके चली गई है, दोबारे कॉल करी गए ने सारे पिंड वासी कह रहे हैं, कॉल कर रहे हैं, कोई एंबूलेंस नहीं आई, कोई नहीं आई, कोई नहीं आई हैगी, कोई किसी ने सरकार ने कोई पूछताछ नहीं इन्हें करी, कोई सरकारी नुमाइंदा पहुंचे जी उरे, पुलिस वाले आए थी जी, वो मुड़ गए ने जी, कह के मुड़ गए ने भी भाई जी गड्डी लियाओ इन्हें लेके उत्थे नूं आ जाओ जी। हाँ जी, तुसीं देख रहे हो तस्वीरां, गरीब परिवार सीगा जिहड़ा बिल्कुल गरीब परिवार तों सीगे, जिहड़े पट्ठा मजदूर सीगे जिन्हां दी मौत होई आ, गरीबी दे कारण ही दिन रात मजदूरी करदे ने, अपने बच्चों पालदे ने, सो अगे किदां दे हालात ने असीं तुहानूं परिवार दे भी दिखावांगे, पिंड वासियां नाल गल कराई आ, जिहड़े परिवार दे नुमाइंदे ने उहनां नाल भी गल करावांगे, की कहना है उहनां दा, किन्ने मजदूर सीगे जिहड़े काम करदे सीगे, नुकसान ज़्यादा भी हो सकदा सीगा, ते तुसीं देख रहे हो पंजाबी लोक चैनल।